ਕਿੰਨਾ ਲੋਕਾਂ ਨਾਲ ਧੱਕਾ ਹੋਇਆ? ਪੁੱਛੋ ਪੀਚਰ ਦਾ ਕੋਈ ਪ੍ਰੋਸੀਜਰ ਹੈਗਾ ਜਿਹਨਾਂ ਨਾਲ ਧੱਕਾ ਹੋਇਆ? ਮੇਰੀ ਵੀ ਉੱਚੀ ਹੋ ਸਕਦੀ ਹੈ? ਨਹੀਂ, ਮਜਬੂਰੀ ਸਪੀਕਰ ਵਾਲੀ ਪਲੀਜ਼ ਮੈਂ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ। ਦੇਖੋ ਮੇਰੀ ਗੱਲ ਸੁਣੋ, ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ। ਮੈਂ ਵੀ 10 ਵਾਰ ਹੱਥ ਜੋੜ ਕੇ ਬੇਨਤੀ ਕਰ ਲਈ ਜੀ, ਜਿੰਨਾ ਉਦੋਂ ਤੁਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ, 5 ਬੰਦੇ ਚੱਲੋ ਤੁਹਾਨੂੰ ਮਿਲਾ ਦਿੰਨੇ ਆ। ਤੁਸੀਂ ਆਮ ਲੋਕਾਂ ਨੂੰ ਪਲੀਜ਼ ਤੰਗ ਨਾ ਕਰੋ। ਕਿਹੜੇ ਲੋਕ? ਤੁਹਾਡੇ ਪਿੰਡਾਂ ਦੇ ਲੋਕ ਹੀ ਨੇ ਜਿਨ੍ਹਾਂ ਦਾ ਤੁਸੀਂ ਰਾਹ ਰੋਕੀ ਖੜੇ ਹੋ, ਜਿਨ੍ਹਾਂ ਤੁਸੀਂ ਰਾਹ ਰੋਕੀ ਖੜੇ ਹੋ। ਕਿੰਨਾ ਦਾ ਰਾਹ ਰੋਕੀ ਖੜੇ? ਮੇਰੀ ਬੇਨਤੀ ਆ, ਜਿਹੜੇ ਲੰਘ ਰਹੇ ਨੇ ਉਰੋਂ, ਜਿਹੜੇ ਪਿੰਡਾਂ ਦੇ ਲੋਕਾਂ ਨਾਲ ਧੱਕਾ ਹੋਇਆ, ਜਿਨ੍ਹਾਂ ਲੋਕਾਂ ਨਾਲ ਧੱਕਾ ਹੋਇਆ, ਡੀਆਰ ਨੂੰ ਪੁੱਛੋ ਪੀਚਰ ਦਾ ਕੋਈ ਪ੍ਰੋਸੀਜਰ ਹੈਗਾ ਜਿਨ੍ਹਾਂ ਨਾਲ ਧੱਕਾ ਹੋਇਆ? ਕੀ ਪ੍ਰੋਸੀਜਰ? ਮੇਰੀ ਵੀ ਉੱਚੀ ਹੋ ਸਕਦੀ ਹੈ, ਜਿੰਨੀ ਮਰਜ਼ੀ ਕਰ ਲਓ। ਹਾਂ, ਤੁਸੀਂ ਵੀ ਕਰ ਲਓ, ਜਿੰਨੀ ਮਰਜ਼ੀ ਕਰ ਲਓ, ਤੁਸੀਂ ਵੀ ਕਰ ਲਓ ਪਲੀਜ਼। ਹੁਣ ਮੇਰੀ ਬੇਨਤੀ ਮੰਨ ਲਓ, ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼, ਠੀਕ ਹੈ ਨਾ? ਕਾਈਂਡਲੀ ਜੇ ਪੀਸਫੁਲੀ ਬੈਠੇ ਹੋ, ਬੈਠੇ ਰਹੋ, ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈਗੀ। ਨਹੀਂ, ਤੁਸੀਂ ਜਾਣਬੁੱਝ ਕੇ ਤੁਹਾਡੇ ਨਾਲ ਰੋਸ ਹੋਇਆ, ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਿਲਾ ਦਿੰਨੇ ਆ। ਕੋਈ 5 ਜਣੇ ਚੱਲੋ ਆਫਿਸ ਤੋਂ ਬੈਠੇ ਨੇ, ਤੁਹਾਨੂੰ ਮਿਲਾ ਦਿੰਨੇ ਆ। ਇਹ ਜਿਹੜਾ ਪ੍ਰੋਟੈਸਟ ਹੈ, ਤੁਸੀਂ ਤੁਹਾਨੂੰ ਪਤਾ ਹੀ ਹੈ, ਕੋਆਪਰੇਟਿਵ ਸੁਸਾਇਟੀ ਚਨਾਥਨ ਕਲਾਂ ਦੀ ਜਿਹੜੀ ਗੈਰ ਰਸਮੀ ਗੈਰ ਕਾਨੂੰਨੀ ਚੋਣ ਹੋਈ ਸੀ, ਉਹਦੇ ਸੰਬੰਧ ਦੇ ਵਿੱਚ ਜਿਹੜਾ ਲੋਕਾਂ ਦਾ ਰੋਸ ਸੀ ਉਸ ਦਿਨ ਜਿੱਦਣ ਚੋਣ ਹੋ ਰਹੀ ਸੀ, ਉਸ ਦਿਨ ਲੋਕਾਂ ਦਾ ਬਹੁਤ ਵੱਡਾ ਰੋਸ ਸੀ, ਧਰਨਾ ਮਾਰਿਆ ਲੋਕਾਂ ਨੇ, ਔਰ ਉਹਨਾਂ ਨੇ ਉਸ ਧਰਨੇ ਦੇ ਵਿੱਚ, ਪੀਸਫੁਲ ਧਰਨੇ ਦੇ ਵਿੱਚ ਆਪਣਾ ਪ੍ਰੋਟੈਸਟ ਜ਼ਾਹਰ ਕੀਤਾ। ਉਸ ਵੇਲੇ ਪੁਲਿਸ ਦਾ ਜੋ ਰਵੱਈਆ ਸੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ, ਔਰ ਉਸ ਤੋਂ ਬਾਅਦ ਜਦੋਂ ਕਿ ਉੱਥੇ ਸਾਰਿਆਂ ਨਾਲ ਸਮਝੌਤਾ ਕਰਕੇ ਪ੍ਰਸ਼ਾਸਨ ਨੇ ਧਰਨਾ ਚੁਕਾਇਆ, ਅਤੇ ਇੱਕ ਉਸ ਤੋਂ ਬਾਅਦ ਪਤਾ ਲੱਗਦਾ ਕਿ ਪਰਚਾ ਦਰਜ ਕਰ ਦਿੱਤਾ ਆ 6 ਵਿਅਕਤੀਆਂ ਦੇ ਉੱਤੇ, ਜਿਹੜੇ ਕਿ ਉਸ ਵੇਲੇ ਕੁਛ ਵੀ ਉਹਦੇ ਉਸ ਧਰਨੇ ਦੇ ਵਿੱਚ ਵੀ ਨਹੀਂ ਸੀ। ਉਹਨਾਂ ਦੇ ਉੱਤੇ ਸਿਆਸੀ ਦਬਾਅ ਥੱਲੇ, ਲੋਕਲ MLA ਦੇ ਦਬਾਅ ਥੱਲੇ ਉਹ ਪਰਚਾ ਦਰਜ ਕੀਤਾ ਗਿਆ। 20-25 ਵਿਅਕਤੀ ਨਾਮਲੂਮ ਦੱਸੇ ਗਏ। ਉਹ ਪਰਚਾ ਦਰਜ ਕੀਤਾ ਕਿ ਸਰਕਾਰੀ ਮੁਲਾਜ਼ਮ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ। ਪੁਲਿਸ ਦੇ ਕੋਲ ਸਾਰੀਆਂ ਵੀਡੀਓ ਨੇ, ਪੁਲਿਸ ਦੇ ਕੋਲ ਸਾਰਾ ਰਿਕਾਰਡ ਹੈ, ਔਰ ਉਹਦੇ ਵਿੱਚ ਨਾ ਕੋਈ ਉਹਦੇ ਦਫ਼ਤਰ ਦੇ ਵਿੱਚ ਐਂਟਰ ਕੀਤਾ, ਨਾ ਕਿਸੇ ਨੇ ਉਹਨੂੰ ਕੁਛ ਕਿਹਾ, ਨਾ ਕੋਈ ਗੱਲ ਹੋਈ। ਇੱਕ ਪ੍ਰਾਈਵੇਟ ਵਿਅਕਤੀ ਦੀ ਗੱਡੀ ਜਿਹੜੀ ਰੋਕੀ ਕਿਸੇ, ਜਿਹੜਾ ਕਿ ਗਾਲਾਂ ਕੱਢ ਕੇ ਭੱਜ ਰਿਹਾ ਸੀ, ਉਸ ਪ੍ਰਾਈਵੇਟ ਵਿਅਕਤੀ ਦੀ ਜਦੋਂ ਕੁਛ ਲੋਕਾਂ ਨੇ ਗੱਡੀ ਰੋਕਣ ਦੀ ਕੋਸ਼ਿਸ਼, ਉਹ ਗੱਡੀ ਉੱਤੋਂ ਦੀ ਚੜ੍ਹਾ ਕੇ ਲੋਕਾਂ ਦੇ ਉੱਥੋਂ ਗੱਡੀ ਲੈ ਗਿਆ, ਭਜਾ ਕੇ ਲੈ ਗਿਆ। ਔਰ ਸੈਕਟਰੀ ਨੇ ਜਿਹੜਾ ਕਿ ਜਿਹੜਾ ਸੁਸਾਇਟੀ ਦਾ ਸੈਕਟਰੀ ਹੈ ਉਹਦੇ 'ਤੇ ਦਬਾਅ ਪਾ ਕੇ, ਔਰ ਉਹਦੇ 'ਤੇ ਇੱਕ ਉਹਦੇ ਕੋਲੋਂ ਪਰਚਾ ਦਰਜ ਕਰਾਇਆ ਕਿ ਮੇਰੀ ਡਿਊਟੀ ਦੇ ਵਿੱਚ ਮੈਨੂੰ ਵਿਘਨ ਪਾ ਕੇ ਅਤੇ ਮੇਰੇ ਨਾਲ ਉਹਨਾਂ ਨੇ ਬਦਸਲੂਕੀ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਤੋਂ ਰਜਿਸਟਰ ਖੋਣ ਦੀ ਨੀਅਤ ਨਾਲ ਆਏ ਸੀ। ਮੈਂ ਇੱਥੇ ਪੁੱਛਣਾ ਚਾਹੁੰਦਾ, ਨਾ ਤੁਹਾਡੇ ਦਫ਼ਤਰ ਗਏ, ਜੇ ਤੂੰ ਪ੍ਰਾਈਵੇਟ ਵਿਅਕਤੀ ਦੀ ਗੱਡੀ ਦੇ ਵਿੱਚ ਪਤਾ ਨਹੀਂ ਬੈਠਾ ਸੀ ਕਿ ਨਹੀਂ ਬੈਠਾ ਸੀ, ਜੇ ਬੈਠਾ ਵੀ ਸੀਗਾ ਤਾਂ ਉਹ ਜਿਹੜਾ ਪ੍ਰਾਈਵੇਟ, ਨਾ ਤੇਰੀ ਸਰਕਾਰੀ ਗੱਡੀ ਨਾ ਪ੍ਰਾਈਵੇਟ ਗੱਡੀ, ਨਾ ਤੈਨੂੰ ਕੁਛ ਕਿਹਾ, ਨਾ ਤੇਰੀ ਡਿਊਟੀ 'ਚ ਵਿਘਨ ਪਾਇਆ, ਅਤੇ ਫਿਰ ਤੁਹਾਡੇ ਕਿਹੜਾ ਇਹ ਜਿਹੜੀ ਧਾਰਾ ਜਿਹਨੂੰ ਪਹਿਲਾਂ 353 ਕਹਿੰਦੇ ਸੀ ਹੁਣ 132 ਕਹਿੰਦੇ ਨੇ, ਉਹ ਲਗਾ ਕੇ ਜਾਣ ਕੇ ਲੋਕਾਂ ਨੂੰ ਡਰਾਉਣ ਲਈ ਤਾਂ ਕਿ ਉਹਨਾਂ ਦੀਆਂ ਜ਼ਮਾਨਤਾਂ ਥਾਣੇ ਨਾ ਹੋ ਸਕਣ। ਸੋ ਇਸ ਕਰਕੇ
ਇਹ ਜਿਹੜਾ ਝੂਠਾ ਪਰਚਾ ਦਰਜ ਕੀਤਾ ਸਾਨੂੰ ਡਰਾਉਣ ਲਈ, ਸਾਨੂੰ ਧਮਕਾਉਣ ਲਈ, ਸਾਡੀ ਆਵਾਜ਼ ਨੂੰ ਦਬਾਉਣ ਲਈ, ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇਹ ਧਰਨਾ ਉਹਦੇ ਖਿਲਾਫ ਹੈ। ਅੱਜ SSP ਫਤਿਹਗੜ੍ਹ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਬੇਨਤੀ ਕਰਕੇ ਆਵਾਂਗੇ ਕਿ ਇਹ ਜਿਹੜਾ ਝੂਠਾ ਪਰਚਾ ਇੱਕ ਅਫਸਰ ਨੇ ਆਪਣੀ ਇੱਕ ਹੈਂਕੜਪੁਣਾ ਦਿਖਾਉਣ ਦੇ ਲਈ ਤੱਕੇ ਨਾਲ ਕਿਸੇ ਕੋਲੋਂ ਕਰਵਾਇਆ ਆ, ਇਸ ਪਰਚੇ ਦੇ ਝੂਠਾ ਆ, ਤੱਥਾਂ 'ਤੇ ਆਧਾਰਿਤ ਨਹੀਂ ਹੈਗਾ ਔਰ ਗੈਰ ਕਾਨੂੰਨੀ ਹੈ। ਇਸ ਪਰਚੇ ਨੂੰ ਕੈਂਸਲ ਕੀਤਾ ਜਾਵੇ। ਜਿਹੜੀ ਸਾਡੀ ਕੋਆਪਰੇਟਿਵ ਸੁਸਾਇਟੀ ਦੀ ਲੜਾਈ ਹੈ, ਉਹ ਲੜਾਈ ਉੱਦਾਂ ਹੀ ਬਦਦਸਤੂਰ ਜਾਰੀ ਰਹੂਗੀ। ਪੁਲਿਸ ਆਪਣਾ ਉਸ ਲੜਾਈ ਦੇ ਵਿੱਚ ਇਸ ਪਰਚੇ ਨੂੰ ਦਰਜ ਕਰਕੇ ਸਾਨੂੰ ਧਮਕਾਉਣਾ ਚਾਹੁੰਦੀ ਹੈ। ਅਸੀਂ ਪਹਿਲਾਂ ਹੀ ਕਹਿੰਦੇ ਹਾਂ, ਮੈਨੂੰ ਸਾਡੀ ਦਾਤਰੀ, ਅਸੀਂ ਮੈਨੂੰ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। ਅੱਜ ਦੇਖ ਲਓ ਜਿੰਨੇ ਉਸ ਧਰਨੇ 'ਚ ਲੋਕ ਸੀ, ਉਹਦੇ ਨਾਲ ਦੂਣ ਸਵਾਏ ਲੋਕ ਅੱਜ ਇੱਥੇ ਧਰਨੇ ਦੇ ਵਿੱਚ ਆਏ ਨੇ। ਔਰ ਸਭ ਤੋਂ ਮਾੜੀ ਗੱਲ ਕਿ ਉਸ ਵੇਲੇ DSP ਅਤੇ ਮੂਲੇਪੁਰ ਪੁਲਿਸ ਇੱਕ ਗਰੀਬ ਵਿਅਕਤੀ ਜਿਹੜਾ ਮਾਈਕ ਲੈ ਕੇ ਆ ਰਿਹਾ ਸੀ, ਰਸਤੇ ਦੇ ਵਿੱਚ ਉਹਦਾ ਮਾਈਕ ਖੋ ਕੇ ਲੈ ਗਏ। ਮਾਈਕ ਲੱਗਿਆ ਵੀ ਨਹੀਂ ਗਾ, ਮਾਈਕ 'ਚ ਬੋਲੇ ਵੀ ਨਹੀਂ ਗੇ, ਉਹਦਾ ਰਸਤੇ 'ਚੋਂ ਮਾਈਕ ਖੋ ਕੇ ਲੈ ਗਏ। ਅਜੇ ਤੱਕ ਉਹਨੂੰ ਮਾਈਕ ਵੀ ਨਹੀਂ ਦੇ ਰਹੇ। ਭਾਈ ਜੇ ਕੋਈ ਤੁਹਾਨੂੰ ਹੋਰ ਮਾਈਕ ਚਾਹੀਦਾ ਤਾਂ ਅੱਜ ਅਸੀਂ ਦੋ ਲੈ ਕੇ ਆਏ ਹਾਂ। ਇਹ ਤਰਨਵੀਰ ਸਿੰਘ ਸੈਕਟਰੀ ਜਿਹੜਾ ਕੋਆਪਰੇਟਿਵ ਸੁਸਾਇਟੀ ਆ ਉਹਦੀ ਦਰਖਾਸਤ 'ਤੇ ਦਰਜ ਹੋਇਆ, 6 ਬੰਦਿਆਂ 'ਤੇ ਦਰਜ ਹੋਇਆ ਔਰ 20-25 ਅਣਪਛਾਤੇ ਜਿਹੜੇ ਹੈਗੇ ਨੇ, ਨਾਮਲੂਮ ਜਿਹੜੇ ਨੇ, ਉਹਦੇ ਵਿੱਚ ਲਿਖਿਆ ਗਿਆ। ਜਦੋਂ ਤੁਸੀਂ FIR ਪੜ੍ਹੋਗੇ ਤਾਂ ਤੁਹਾਨੂੰ ਸਮਝ ਲੱਗ ਜੂਗੀ ਕਿ ਕਿਸੇ ਦਫ਼ਤਰ ਦੇ ਵਿੱਚ ਕੋਈ ਵਿਘਨ ਨਹੀਂ ਪਿਆ, ਕਿਸੇ ਹੋਰ ਜਗ੍ਹਾ 'ਤੇ ਵਿਘਨ ਨਹੀਂ ਪਿਆ ਔਰ ਉਹ ਆਪਣੀ ਲੈਂਗੁਏਜ 'ਚ ਹੀ ਕਹਿ ਰਿਹਾ ਕਿ ਮੈਨੂੰ ਕਿਸੇ ਨੇ ਕੁਛ ਨਹੀਂ ਕਿਹਾ।